ਸਾਹਿਬਾ ਜੀ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਮਿੱਕੀ ਜੈਕਾਰ ਲੈ ਕੇ ਹਾਜ਼ਰ ਆ ਇਸ ਵੇਲੇ ਦੀ ਵੱਡੀ ਖਬਰ ਕਹਿ ਲੋ ਕਿ ਅੱਜ ਪੀਐਮ ਸੁਰੱਖਿਆ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਅੱਜ ਕਾਰਵਾਈ ਹੋਣੀ ਹੈ ਇੱਕ ਵਾਰ ਫਿਰ ਤੋਂ ਵੱਡੀ ਸੁਣਵਾਈ ਹੋਣ ਲੱਗੀ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ 5 ਜਨਵਰੀ ਨੂੰ ਪੀਐਮ ਮੋਗੇ ਦੇ ਵਿੱਚ ਰੈਲੀ ਕਰਨ ਆ ਰਹੇ ਸੀ ਜਿਸ ਦੌਰਾਨ ਉੱਥੇ ਉਹਨਾਂ ਦਾ ਕਾਫਲਾ ਇੱਕ ਵਾਰ ਫਿਰ ਮੁੜਿਆ ਸੀ ਤੇ ਹੁਸੈਨੀ ਵਾਲਾ ਬਾਰਡਰ ਤੋਂ ਕਰੀਬ 30 ਕਿਲੋਮੀਟਰ ਦੀ ਦੂਰੀ ਤੇ ਉਹਨਾਂ ਨੂੰ ਰੋਕਿਆ ਗਿਆ ਸੀ 20 ਤੋਂ 25 ਮਿੰਟ ਉਹ ਰੁਕੇ ਸੀ ਜਿਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਹਲਚਲ ਹੋ ਗਈ ਸੀ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਪੀਐਮ ਕਾਫਲੇ ਨੂੰ ਉੱਥੇ ਰੋਕਿਆ ਜਾਂਦਾ ਹੈ ਭਾਵੇਂ ਉਸ ਦੇ ਪਿੱਛੇ ਭਾਵੇਂ ਕਿਸਾਨਾਂ ਦਾ ਦੋਸ਼ ਦੱਸਿਆ ਜਾ ਰਿਹਾ ਸੀ ਜਾਂ ਬਾਰਿਸ਼ ਦਾ ਦੋਸ਼ ਜੱਸਿਆ ਜਾ ਰਿਹਾ ਸੀ ਪਰ ਹੁਣ ਇਹ ਮਾਮਲਾ ਇੱਕ ਵੱਡਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅੱਜ ਫਿਰ ਤੋਂ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਸੰਬੰਧਿਤ ਸ਼ੁੱਕਰਵਾਰ ਨੂੰ ਸੁਣਵਾਈ ਹੋਈ ਸੀ ਜਿਸ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਦੇ ਮਾਮਲੇ ਦੇ ਵਿੱਚ ਇੱਕ ਵੱਡਾ ਫੈਸਲਾ ਲੈਂਦੇ ਹੋਏ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਨੂੰ ਸਾਰੇ ਜਿੰਨੇ ਵੀ ਜਾਣਕਾਰੀ ਸੀ ਉਹ ਰਿਕਾਰਡ ਸਾਂਭਣ ਲਈ ਦੱਸਿਆ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੋਂ ਸੁਪਰੀਮ ਕੋਰਟ ਦੇ ਵਿੱਚ पीएम सुरक्षा मामले ਦੀ کوتاਹੀ ਦੇ ਵਿੱਚ ਇੱਕ ਵਾਰ ਫਿਰ ਤੋਂ ਸੁਣਵਾਈ ਹੋਣ ਲੱਗੀ ਹੈ ਇਸ ਦੇ ਵਿੱਚ ਹੁਣ ਕੌਣ ਦੋਸ਼ੀ ਨਿਕਲੇਗਾ ਇਹ ਤਾਂ ਖੈਰ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਤੁਹਾਨੂੰ ਦੱਸ ਦਈਏ ਕਿ ਜਦੋਂ 5 ਜਨਵਰੀ ਨੂੰ ਪੀਐਮ ਪੰਜਾਬ ਦੇ ਵਿੱਚ ਆਉਂਦੇ ਨੇ ਲਗਾਤਾਰ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਸੀ ਉਹਨਾਂ ਦੇ ਸਮਰਥਕਾਂ ਦੀਆਂ ਕਈ ਥਾਮਾਂ ਤੇ ਬੱਸਾਂ ਵੀ ਰੋਕੀਆਂ ਗਈਆਂ ਤੇ ਦੂਜੇ ਪਾਸੇ ਹੁਸਾਨੀ ਵਾਲਾ ਬਾਰਡਰ ਤੇ ਉੱਤੇ ਜਦੋਂ ਸ਼ਹੀਦਾਂ ਨੂੰ ਨਮਨ ਕਰਕੇ ਨਿਕਲਦੇ ਨੇ ਤਾਂ 30 ਕਿਲੋਮੀਟਰ ਦੀ ਦੂਰੀ ਤੇ ਇੱਕ ਪੁਲ ਤੇ ਉਹਨਾਂ ਦੇ ਕਾਫਲੇ ਨੂੰ ਰੋਕ ਲਿਆ ਜਾਂਦਾ 20 ਤੋਂ 25 ਮਿੰਟ ਉਹਨਾਂ ਦਾ ਕਾਫਲਾ ਉੱਥੇ ਰੁਕਿਆ ਰਹਿੰਦਾ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਤੇ ਲਗਾਤਾਰ ਵਾਰ-ਵਾਰ ਪ੍ਰਤੀਵਾਰ ਕੀਤੇ ਜਾਂਦੇ ਨੇ ਤੇ ਰਾਜਨੀਤਿਕ ਪਾਰਟੀਆਂ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਟਿੱਪਣੀਆਂ ਆਨੀਆਂ ਸ਼ੁਰੂ ਹੋ ਜਾਂਦੀਆਂ ਨੇ ਪੰਜਾਬ ਸਰਕਾਰ ਦੇ ਤੇ ਪੰਜਾਬ ਪੁਲਿਸ ਦਾ ਇਸ ਦੇ ਵਿੱਚ ਦੋਸ਼ ਘੜਿਆ ਜਾਂਦਾ ਉੱਥੋਂ ਹੀ ਕੇਂਦਰੀ ਸਰਕਾਰ ਵੱਲੋਂ ਵੀ ਕਮੇਟੀਆਂ ਦਾ ਗਠਨ ਕਰ ਦਿੱਤਾ ਜਾਂਦਾ ਹੈ ਤੇ ਪੰਜਾਬ ਸਰਕਾਰ ਵੱਲੋਂ ਵੀ 3 ਮੈਂਬਰੀ ਕਮੇਟੀ ਦਾ ਗਠਨ ਹੁੰਦਾ ਹੈ ਪਰ ਹੁਣ ਜਿਹੜੀ ਇਸ ਵੇਲੇ ਦੀ ਜਿਹੜੀ ਤੁਹਾਨੂੰ ਦੱਸ ਦਈਏ ਕਿ ਤਾਜ਼ਾ ਜਾਣਕਾਰੀ ਇਹ ਉਹੀ ਹੈ ਕਿ ਅੱਜ ਇੱਕ ਵਾਰ ਫਿਰ ਤੋਂ ਪੀਐਮ ਸੁਰੱਖਿਆ ਚੂਕ ਮਾਮਲੇ ਦੇ ਵਿੱਚ ਅੱਜ ਵੱਡੀ ਕਾਰਵਾਈ ਹੋਣ ਲੱਗੀ ਹੈ ਸੁਣਵਾਈ ਹੋਵੇਗੀ ਜਿਸ ਦੇ ਵਿੱਚ ਕੌਣ ਦੋਸ਼ੀ ਹੈ ਇਹ ਸੁਣਵਾਈ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਸਾਰੀ ਸੁਣਵਾਈ ਬੇहद ਲੰਬੀ ਹੋ ਸਕਦੀ ਹੈ ਕਿਉਂਕਿ ਲਗਾਤਾਰ ਇਸ ਦੇ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਦੋਸ਼ੀ ਕਰਾਰ ਦੱਸਿਆ ਜਾ ਰਿਹਾ ਸੀ ਉਸ ਤੋਂ ਬਾਅਦ ਜੇ ਰਾਜਤਿਕ ਤਰਫੋਂ ਇੱਕ ਗੱਲ ਕਰ ਲਈਏ ਤਾਂ ਕਾਂਗਰਸ ਸਰਕਾਰ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਸੀ ਕਿਸੇ ਨਾ ਤਰੀਕੇ ਦੇ ਨਾਲ ਕਿ ਸੀਐਮ ਚੰਨੀ ਅਤੇ ਨੈਸ਼ਨਲ ਲੈਵਲ ਤੱਕ ਕਾਂਗਰਸ ਸਰਕਾਰ ਇਸ ਦੇ ਵਿੱਚ ਇਨਵੋਲ ਹੈ ਕਿਸੇ ਤਰੀਕੇ ਦਾ ਛੜੀ ਅੰਤਰ ਦੱਸਿਆ ਜਾ ਰਿਹਾ ਸੀ ਬੀਜੇਪੀ ਸਰਕਾਰ ਵੱਲੋਂ ਇਹ ਦੋਸ਼ ਵੀ ਲਾਏ ਜਾ ਰਹੇ ਸੀ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਅੱਜ ਸੁਣਵਾਈ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਹੋਣ ਲੱਗੀ ਹੈ ਇਸ ਦੇ ਵਿੱਚ ਕਿਸ ਨੂੰ ਦੋਸ਼ੀ ਕਰਾਰਿਆ ਜਾਂਦਾ ਹੈ ਜਾਂ ਕਿਹੜੇ-ਕਿਹੜੇ ਫੈਕਟਸ ਨਿਕਲ ਕੇ ਸਾਹਮਣੇ ਆਉਂਦੇ ਨੇ ਕਿਉਂਕਿ ਰਿਪੋਰਟ ਵੀ ਦਿੱਤੀਆਂ ਗਈਆਂ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਸੀ ਕਿ ਕਿਸ ਤਰੀਕੇ ਦੇ ਨਾਲ ਪੀਐਮ ਪੰਜਾਬ ਦੇ ਵਿੱਚ ਆਉਣਗੇ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਕਾਫਲਾ ਅੱਗੇ ਵਧੇਗਾ ਪਰ ਅਚਾਨਕ ਜਿਹੜੀ ਬਾਰਿਸ਼ ਕਰਕੇ ਉਹਨਾਂ ਦੀ ਸ਼ਡਿਊਲ ਦੇ ਵਿੱਚ ਚੇਂਜ ਹੁੰਦਾ ਹੈ ਪਰ ਇਸ ਦੇ ਬਾਵਜੂਦ ਵੀ ਕੇਂਦਰ ਸਰਕਾਰ ਵੱਲੋਂ ગ્રામ ਵਿਭਾਗ ਵੱਲੋਂ ਇਹ ਦੋਸ਼ ਲਾਇਆ ਜਾਂਦੇ ਨੇ ਕਿ ਜਦ ਉਹਨਾਂ ਨੂੰ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ ਕਿ ਪੀਐਮ ਹਵਾਈ ਜਹਾਜ਼ ਤੋਂ ਨਹੀਂ ਰੋਡ ਤੋਂ ਜਾਣਗੇ ਤਾਂ ਇਸ ਦੇ باوجود ਵੀ ਪੰਜਾਬ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕਾਫਲੇ ਨੂੰ ਸਹੀ ਸਲਾਮਤ ਪਹੁੰਚਾਉਣ ਦਾ ਤੇ ਪੂਰੀ ਸਿਕਿਉਰਿਟੀ ਦਾ ਇੰਤਜ਼ਾਮ ਕਿਉਂ ਨਹੀਂ ਕੀਤਾ ਗਿਆ ਜਿਸ ਦੇ ਚਲਦੇ ਇਸ ਨੂੰ ਚੂਕ ਮੰਨੀ ਗਈ ਤੇ ਇਸੇ ਕਰਕੇ ਹੁਸੈਨੀਵਾਲਾ ਬਾਰਡਰ ਤੋਂ 30 ਕਿਲੋਮੀਟਰ ਦੀ ਦੂਰੀ ਤੇ ਉਹਨਾਂ ਦਾ ਜਿਹੜਾ ਕਾਫਲਾ 20 ਤੋਂ 25 ਮਿੰਟ ਉੱਥੇ ਖੜਾ ਹੁੰਦਾ ਜਿਸ ਤੋਂ ਬਾਅਦ ਸਾਰੀ ਰਣਨੀਤੀ ਦੇ ਵਿੱਚ ਹਲਚਲ ਹੋ ਜਾਂਦੀ ਹੈ ਲਗਾਤਾਰ ਵਾਦ-ਵਿਵਾਦ ਸ਼ੁਰੂ ਹੋ ਜਾਂਦੇ ਨੇ ਤੇ ਇਹ ਮਾਮਲਾ ਇੱਕ ਵੱਡੇ ਲੈਵਲ ਤੇ ਚਲਾ ਜਾਂਦਾ ਹੈ ਪੂਰੇ ਇੰਡੀਆ ਲੈਵਲ ਤੇ ਇਸ ਦੀ ਚਰਚਾ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਪੀਐਮ ਦਾ ਕਾਫਲਾ ਰੁਕਿਆ ਜਾਂਦਾ ਹੈ ਹਾਲਾਂਕਿ ਅਜਿਹੀਆਂ ਹੋਰ ਵੀ ਪਹਿਲਾਂ ਕੁਝ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਜਿੱਥੇ ਪੀਐਮ ਆਪ ਰੁੱਕ ਕੇ ਲੋਕਾਂ ਨੂੰ ਮਿਲਦੇ ਨੇ ਪਰ ਮਾਮਲਾ ਪੰਜਾਬ ਦੇ ਵਿੱਚ ਉਦੋਂ ਗੰਭੀਰ ਹੋ ਜਾਂਦਾ ਹੈ ਕਿਉਂਕਿ ਲਗਾਤਾਰ ਪੀਐਮ ਵੱਲੋਂ ਪੰਜਾਬ ਨੂੰ ਲੈ ਕੇ ਵੱਡੇ ਐਲਾਨ ਬਾਰੇ ਗੱਲਾਂ ਕੀਤੇ ਜਾ ਰਹੇ ਸੀ 22000 ਕਰੋੜ ਦੇ ਐਲਾਨ ਕੀਤੇ ਜਾਣਾ ਸੀ ਪੰਜਾਬ ਨੂੰ ਕਿਤੇ ਨਾ ਕਿਤੇ ਤੋਹਫੇ ਮਿਲਣ ਵਾਲੇ ਸੀਗੇ ਪਰ ਜਦੋਂ ਇਸ ਤਰੀਕੇ ਦੀ ਜਿਹੜੀ ਘਟਨਾ ਹੋ ਜਾਂਦੀ ਹੈ ਤਾਂ ਪੀਐਮ ਉਹ ਰੈਲੀ ਰੱਦ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਬਾਏ ਹਵਾਈ ਜਹਾਜ਼ ਉਹ ਨਿਕਲ ਜਾਂਦੇ ਨੇ ਪਰ ਉਸ ਤੋਂ ਬਾਅਦ ਰਾਜਨੀਤੀ ਗਰਮਾ ਜਾਂਦੀ ਹੈ ਲਗਾਤਾਰ ਲੋਕਾਂ ਦੇ ਕਮੈਂਟ ਆਨੇ ਸ਼ੁਰੂ ਹੋ ਜਾਂਦੇ ਨੇ ਰਾਜਨੀਤਿਕ ਆਗੂ ਇਸ ਉੱਤੇ ਕਮੈਂਟ ਕਰਨੇ ਸ਼ੁਰੂ ਕਰ ਦਿੰਦੇ ਨੇ ਕਈ ਲੋਕ ਪੰਜਾਬ ਸਰਕਾਰ ਦੇ ਵੱਲ ਇਸ਼ਾਰਾ ਕਰਦੇ ਨੇ ਤੇ ਕਈ ਇਸ ਨੂੰ ਆਮ ਜਹੀ ਗੱਲ ਦੱਸਦੇ ਨੇ ਪਰ ਹੁਣ ਵੱਡੀ ਗੱਲ ਇਹ ਹੈ ਕਿ ਐਸਸੀ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਅੱਜ ਇਸ ਸਾਰੇ ਹੀ ਮਾਮਲੇ ਦੇ ਲੈ ਕੇ ਅੱਜ ਸੁਣਵਾਈ ਹੋਣ ਲੱਗੀ ਹੈ ਇਸ ਦੇ ਵਿੱਚ ਕਿਸ ਦਾ દોਸ਼ ਦੱਸਿਆ ਜਾਂਦਾ ਕਿਤੇ ਇੱਕ ਫਾਲਟ ਰਹਿੰਦਾ ਹੈ ਕਿਸੇ ਭਾਵੇਂ ਪੰਜਾਬ ਸਰਕਾਰ ਹੋਵੇ ਜਾਂ ਹਾਈ ਹਾਈ ਕੋਰਟ ਕਿਸ ਨੂੰ ਦੋਸ਼ੀ ਕਰਾਰ ਦਈ ਹੈ ਇਹ ਤਾਂ ਦੱਸਾ ਇਹ ਤਾਂ ਆਪ ਹੀ ਸੁਪਰੀਮ ਕੋਰਟ ਦੱਸੇਗੀ ਕਿਉਂਕਿ ਇਹ ਸਾਰਾ ਮਾਮਲਾ ਬੇहद ਵੱਡੇ ਲੈਵਲ ਤੇ ਚਲਾ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਸਾਨੂੰ ਜਿਸ ਤਰੀਕੇ ਦੀ ਜਾਣਕਾਰੀ ਦਿੱਤੀ ਗਈ ਸੀ ਉਸ ਤਰੀਕੇ ਦੇ ਨਾਲ ਹੀ ਸਾਡੀ ਕਾਰਵਾਈ ਹੋਈ ਹੈ ਉਹਨਾਂ ਨੇ ਸਾਰੇ ਜਿਹੜਾ ਸ਼ਡਿਊਲ ਹੈ ਉਸ ਨੂੰ ਅਚਾਨਕ ਚੇਂਜ ਕਰਤਾ ਜਿਸ ਤੋਂ ਬਾਅਦ ਉਹਨਾਂ ਨੂੰ ਇਹ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਬਟ ਅੱਜ ਸੁਣਵਾਈ ਤੋਂ ਬਾਅਦ ਪਤਾ ਲੱਗੇਗਾ ਕਿ ਇਸ ਦੇ ਵਿੱਚ ਹੋਰ ਕੀ ਕੀ ਪਰਤਾ ਖੁੱਲਦੀਆਂ ਨੇ ਕਿਤੇ ਕਿਸ ਸਰਕਾਰ ਦੀ ਫਾਲਟ ਸਾਹਮਣੇ ਆਉਂਦਾ ਹੈ ਤਾਂ ਇਸ ਸਵੇਲੇ ਦੀ ਤੁਹਾਨੂੰ ਵੱਡੀ ਖਬਰ ਦੱਸ ਰਹੇ ਹਾਂ ਕਿ ਅੱਜ ਇੱਕ ਵਾਰ ਫਿਰ ਸ਼ੁੱਕਰਵਾਰ ਤੋਂ ਬਾਅਦ ਅੱਜ ਸੁਪਰੀਮ ਕੋਰਟ ਚੂਕ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੋਣ ਲੱਗੀ ਹੈ ਇਸ ਦੇ ਵਿੱਚ ਹੁਣ ਪੰਜਾਬ ਸਰਕਾਰ ਦਾ ਫਾਲਟ ਨਿਕਲਦਾ ਹੈ ਜਾਂ ਕੀ ਕੁਝ ਸਾਹਮਣੇ ਆਉਂਦਾ ਹੈ ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਜਿਹੜੀ ਸੁਣਵਾਈ ਹੋਈ ਸੀ ਉਸ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਕੋਲ ਰਿਕਾਰਡ ਰੱਖਣ ਸਾਮਕੇ ਰੱਖਣ ਦੇ ਉਹਨਾਂ ਨੂੰ ਆਦੇਸ਼ ਦਿੱਤੇ ਗਏ ਸੀ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਵਿੱਚ ਇਹ ਵੀ ਖਬਰ ਆਈ ਸੀ ਕਿ ਜਿਹੜਾ ਨਾਥੇਨਾ ਕੁਲਗੜੀ ਥਾਣੇ ਦੇ ਵਿੱਚ 150 ਲੋਕਾਂ ਦੇ ਖਿਲਾਫ ਅਗਿਆਤ ਲੋਕਾਂ ਦੇ ਖਿਲਾਫ ਐਫਆਈਆਰ ਵੀ ਹੋਈ ਸੀ ਜਿਸ ਤੋਂ ਬਾਅਦ ਹੋਰ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਸੀਗਾ ਪਰ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਵਧਦੀ ਹੋਈ ਕਾਰਵਾਈ ਇੱਥੇ ਤੱਕ ਪਹੁੰਚ ਚੁੱਕੀ ਹੈ ਕਿ ਅੱਜ ਇੱਕ ਵਾਰ ਫਿਰ ਤੋਂ ਸੁਪਰੀਮ ਕੋਰਟ ਦੇ ਵਿੱਚ ਪੀਐਮ ਸੁਰੱਖਿਆ ਮਾਮਲੇ ਨੂੰ ਲੈ ਕੇ ਸੁਣਵਾਈ ਹੋਣ ਲੱਗੀ ਹੈ ਦਾ ਇਸ ਸਾਰੇ ਹੀ ਮਾਮਲੇ ਨੂੰ ਲਗਾਤਾਰ ਇਸ ਬਾਰੇ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਸ ਦੇ ਅੰਦਰ ਹੋਰ ਕੀ ਕੀ ਮਾਮਲੇ ਸਾਹਮਣੇ ਨਿਕਲ ਕੇ ਆਉਂਦੇ ਨੇ ਕਿਥੇ ਸਰਕਾਰਾਂ ਦਾ ਫਾਲਟ ਰਿਹਾ ਜਾਂ ਕਿ ਜਾਂ ਗ੍ਰਹਿ ਮੰਤਰਾਲੇ ਵੱਲੋਂ ਕੋਈ ਚੁਕ ਰਹੀ ਕਿ ਪੰਜਾਬ ਸਰਕਾਰ ਨੂੰ ਉਹ ਸਹੀ ਤਰੀਕੇ ਦੇ ਨਾਲ ਕਿਤੇ ਕਮਿਊਨੀਕੇਸ਼ਨ ਗੈਪ ਰਿਹਾ ਇਸ ਤਰੀਕੇ ਦੇ ਨਾਲ ਇਹ ਇਹ ਕਹਿ ਲੋ ਕਿ ਫਾਲਟ ਜਾਂ ਪੀਐਮ ਕਾਫਲੇ ਦਾ ਜਿਹੜਾ ਪੂਲ ਉੱਤੇ ਰੁਕਣਾ ਕਿਤੇ ਨਾ ਕਿਤੇ ਕਿੱਥੇ ਤੱਕ ਸਹੀ ਹੈ ਜਾਂ ਕਿਤੇ ਤੱਕ ਆਮ ਗੱਲ ਹੋ ਜਾਂਦੀ ਹੈ ਇਹਦਾ ਸਾਰਾ ਹੁਣ ਸੁਪਰੀਮ ਕੋਰਟ ਵੱਲੋਂ ਕੀਤੇ ਗਏ ਫੈਸਲੇ ਜਾਂ ਸੁਣਵਾਈ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਤੇ ਸਰਕਾਰਾਂ ਇਸ ਦੇ ਵਿੱਚ ਇਨਵੋਲਵ ਨਹੀਂ ਜਾਂ ਪਹਿਲਾ ਤੋਹੀ ਇਹ ਅਸਾਧਾਰਨ ਜੀ ਗੱਲ ਜਾਪਦੀ ਹੈ ਤਾਂ ਹੋਰ ਅਪਡੇਟ ਲਈ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਤੇ ਮੈਨੂੰ ਦੋ ਇਜਾਜ਼ਤ